ਪਿਆਰੇ ਵਿਦਿਆਰਥੀਓ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਐਕਟੀਵਿਟੀ ਲੈ ਕੇ ਆਏ ਹਾਂ। ਇਸ ਐਕਟੀਵਿਟੀ ਦਾ ਨਾਮ ਹੈ ਕਿ ਹਵਾ ਗਰਮ ਹੋ ਕੇ ਹਲਕੀ ਹੋ ਜਾਂਦੀ ਹੈ ਅਤੇ ਉੱਪਰ ਵੱਲ ਉੱਠਦੀ ਹੈ। ਇਸ ਨੂੰ ਕਰਨ ਲਈ ਸਾਡੇ ਕੋਲ ਕੁਝ ਸਮਾਨ ਦੀ ਜ਼ਰੂਰਤ ਹੁੰਦੀ ਹੈ। ਸਮਾਨ ਤੁਸੀਂ ਨੀਚੇ ਦੇਖ ਸਕਦੇ ਹੋ। ਅਸੀਂ ਇਹ ਦੇਖ ਸਕਦੇ ਹਾਂ ਕੁਰਕਰਿਆਂ ਵਾਲੇ ਪੈਕਟ ਜਿਹੜੇ ਹੈ ਦੋ ਇੱਕੋ ਜਿਹੇ ਕੱਟ ਲਏ ਆ, ਔਰ ਉਸ ਤੋਂ ਬਾਅਦ ਇੱਕ ਸੈਲੋ ਟੇਪ ਦੀ ਮਦਦ ਦੇ ਨਾਲ ਅਸੀਂ ਇਹਨਾਂ ਦੇ ਉੱਪਰ ਧਾਗੇ ਜਿਹੜੇ ਹੈ ਉਹ ਚਿਪਕਾ ਲਏ ਹੈ। ਇੱਕ ਚਿਪਕਾ ਲਿਆ ਔਰ ਇਸ ਤੋਂ ਬਾਅਦ ਮੈਂ ਇੱਕ ਹੋਰ ਧਾਗਾ ਜਿਹੜਾ ਹੈਗਾ ਇਸ ਦੇ ਉੱਪਰ ਚਿਪਕਾ ਰਿਹਾ, ਸੈਲੋ ਟੇਪ ਲਾ ਕੇ, ਔਰ ਉਸ ਦੇ ਨਾਲ ਇਹਨੂੰ ਵੀ ਲਟਕਾ ਲਿਆ। ਦੇਖ ਸਕਦੇ ਹੋ ਕਿ ਦੋ ਲਿਫਾਫੇ ਮੈਂ ਜਿਹੜੇ ਉਹ ਤਿਆਰ ਕਰ ਲਿਆ। ਹੁਣ ਅਸੀਂ ਚੈੱਕ ਕਰਨਾ ਕਿ ਇਹ ਹਲਕਾ ਕਿਸ ਸਾਈਡ ਤੋਂ ਹੁੰਦਾ ਹੈ, ਤਾਂ ਉਸ ਲਈ ਅਸੀਂ ਇੱਕ ਤੱਕੜੀ ਬਣਾਵਾਂਗੇ, ਇੱਕ ਤੁਲਾ ਬਣਾਵਾਂਗੇ, ਔਰ ਅਸੀਂ ਇਸ ਦੇ ਕਿਨਾਰਿਆਂ ਦੇ ਨਾਲ ਇਹਨਾਂ ਲਿਫਾਫਿਆਂ ਨੂੰ ਬੰਨ ਕੇ ਤੁਲੇ ਦੇ ਰੂਪ ਦੇ ਵਿੱਚ ਤਿਆਰ ਕਰਾਂਗੇ। ਇਸ ਤਰ੍ਹਾਂ ਹੀ ਦੂਸਰੀ ਸਾਈਡ ਦੇ ਉੱਪਰ ਧਿਆਨ ਰੱਖਿਓ ਕਿ ਧਾਗੇ ਜਿਹੜੇ ਹੈਗੇ ਅਸੀਂ ਉਹ ਬਰਾਬਰ ਦੇ ਲੈਤੇ ਆ, ਤਾਂ ਕਿ ਤੁਹਾਡੀ ਜਿਹੜੀ ਤੱਕੜੀ ਹੈ ਉਹ ਇੱਕ ਸਮਾਨ ਬਣੇ। ਅਤੇ ਹੁਣ ਇਸ ਤੋਂ ਬਾਅਦ ਆਉਂਦਾ ਇਹਨੂੰ ਅਸੀਂ ਬੈਲੈਂਸ ਕਰਨਾ ਹੈ। ਦੇਖ ਸਕਦੇ ਹੋ ਇੱਕ ਇਧਰਲੀ ਸਾਈਡ ਜਿਹੜੀ ਹਲਕੀ ਹੈ, ਤਾਂ ਇਸ ਨੂੰ ਠੀਕ ਕਰਨ ਲਈ ਅਸੀਂ ਕੀ ਕਰਨਾ ਹੈ ਕਿ ਜਿਹੜੀ ਸਾਈਡ ਹਲਕੀ ਹੈ ਉਸਦਾ ਇਹ ਵਾਲਾ ਲਿਫਾਫਾ ਜਿਹੜਾ ਹੈਗਾ ਉਸ ਨੂੰ ਖਿਸਕਾ ਕੇ ਥੋੜ੍ਹਾ ਜਿਹਾ ਦੂਰ ਕਰ ਦੇਣਾ, ਔਰ ਇੱਧਰਲਾ ਪਾਸਾ ਹਜੇ ਵੀ ਹਲਕਾ ਹੈ। ਇੱਕ ਜਣਾ ਉਹ ਮੇਰੇ ਕੋਲ ਇਹਦੇ ਲਈ ਸਾਈਡ ਥੋੜ੍ਹੀ ਭਾਰੀ ਹੋ ਗਈ ਹੈ, ਅਤੇ ਇਹਨੂੰ ਪਕੜੋ ਉੱਪਰੋਂ ਤਾਂ ਕਿ ਮੈਂ ਇਹਨੂੰ ਬਰਾਬਰ ਕਰ ਸਕਾਂ। ਦੇਖ ਸਕਦੇ ਹੋ ਕਿ ਸਾਡਾ ਜਿਹੜਾ ਤੁਲਾ ਹੈ ਉਹ ਬਰਾਬਰ ਹੈ, ਔਰ ਇਸ ਤੋਂ ਬਾਅਦ ਅਸੀਂ ਹਵਾ ਨੂੰ ਗਰਮ ਕਰਨ ਵਾਸਤੇ ਇੱਕ ਸਾਧਨ ਲੈਣਾ ਹੈ। ਅਸੀਂ ਇੱਕ ਸਪਿਰਿਟ ਲੰਪ ਲੈਤਾ, ਇਸ ਨੂੰ ਅਸੀਂ ਇੱਕ ਮਾਚਿਸ ਦੀ ਮਦਦ ਨਾਲ ਸ਼ੁਰੂ ਕੀਤਾ। ਹੁਣ ਇਸ ਏਰੀਏ ਦੇ ਵਿੱਚ ਹਵਾ ਜਿਹੜੀ ਉਹ ਗਰਮ ਹੈ, ਤਾਂ ਦੇਖ ਸਕਦੇ ਹੋ ਕਿ ਮੈਂ ਇੱਕ ਲਿਫਾਫੇ ਨੂੰ ਇਸ ਦੇ ਉੱਪਰ ਲੈ ਕੇ ਆਉਣਾ, ਅਤੇ ਫਿਰ ਤੱਕੜੀ ਵੱਲ ਧਿਆਨ ਦਿਓ ਕਿ ਤੱਕੜੀ ਜਿਹੜੀ ਹੈ ਉਹ ਆਪਣੇ ਆਪ ਤਿਰਛੀ ਹੋ ਜਾਂਦੀ ਹੈ। ਦੇਖੋ ਧਿਆਨ ਦਿਓ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਹਵਾ ਗਰਮ ਹੋਣ 'ਤੇ ਉੱਪਰ ਵੱਲ ਉੱਠਦੀ ਹੈ ਅਤੇ ਹਲਕੀ ਹੋ ਜਾਂਦੀ ਹੈ। ਆਪਾਂ ਫਿਰ ਤੋਂ ਤੁਹਾਡੇ ਸਾਹਮਣੇ ਇਸ ਐਕਸਪੈਰੀਮੈਂਟ ਨੂੰ ਲੈ ਕੇ ਆਉਂਦੇ ਹਾਂ। ਦੇਖ ਸਕਦੇ ਹੋ ਫਿਲਹਾਲ ਤੁਲਾ ਜਿਹੜੀ ਸਾਡੀ ਉਹ ਬਰਾਬਰ ਹੈਗੀ ਹੈ। ਇਸ ਦੇ ਇੱਕ ਭਾਗ ਨੂੰ ਮੈਂ ਇੱਕ ਲਿਫਾਫੇ ਨੂੰ ਗਰਮ ਹਵਾ ਦੇ ਉੱਪਰ ਲੈ ਕੇ ਆਉਂਦਾ। ਦੇਖ ਸਕਦੇ ਹੋ ਕਿ ਜਿਹੜੀ ਸਾਡੀ ਤੁਲਾ ਹੈ ਉਹ ਬਿਲਕੁਲ ਟੇਢੀ ਹੋ ਗਈ ਆ, ਤਾਂ ਇਸ ਤੋਂ ਪਤਾ ਲੱਗਦਾ ਕਿ ਹਲਕੀ ਜਿਹੜੀ ਠੰਡੀ ਹਵਾ ਹੈ ਉਹ ਭਾਰੀ ਹੈ, ਅਤੇ ਜਿਹੜੀ ਗਰਮ ਹਵਾ ਹੈ ਉਹ ਉੱਪਰ ਵੱਲ ਨੂੰ ਉੱਠਦੀ ਹੈ, ਅਤੇ ਇਧਰਲੇ ਪਾਸੇ ਦਾ ਜਿਹੜਾ ਹਲਕਾ ਪਾਣਾ ਉਹ ਸਿੱਧ ਕਰਦੀ ਹੈ। ਤਾਂ ਇਹ ਸੀ ਸਾਡੀ ਪਹਿਲੀ ਕਿਰਿਆ ਜਾਂ ਐਕਟੀਵਿਟੀ ਜਿਸ ਤੋਂ ਅਸੀਂ ਪ੍ਰੂਵ ਕੀਤਾ ਸੀ ਕਿ ਹਵਾ ਜਿਹੜੀ ਹੈ ਉਹ ਹਲਕੀ ਹੋ ਕੇ ਉੱਪਰ ਵੱਲ ਉੱਠਦੀ ਹੈ ਅਤੇ ਗਰਮ ਹਵਾ ਹਲਕੀ ਹੁੰਦੀ ਹੈ।